ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਬੱਦੀ ਗਰਮੀ ਦੇ ਮੱਦੇ ਨਜ਼ਰ ਹਰਿਆਣਾ ਸਰਕਾਰ ਨੇ ਵੀ ਬਦਲਿਆ ਸਕੂਲਾਂ ਦਾ ਸਮਾਂ ਤਾਂ ਦੋਸਤੋ ਹਰਿਆਣਾ ਸਰਕਾਰ ਨੇ ਵੀ ਬੱਦੀ ਗਰਮੀ ਦੇ ਮੱਦੇ ਨਜ਼ਰ ਬੱਚਿਆਂ ਨੂੰ ਰਾਹਤ ਦਿੱਤੀ ਹੈ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ ਤੇ ਹੁਣ ਬੱਚਿਆਂ ਦੀਆਂ ਕਲਾਸਾਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਲੱਗਣਗੀਆਂ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਪੂਰੇ ਹਰਿਆਣੇ ਦੇ ਵਿੱਚ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲੇ ਲਏ ਗਏ ਨੇ ਕਿ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ ਦੇ 12 ਵਜੇ ਤੱਕ ਬਦਲ ਦਿੱਤਾ ਗਿਆ ਤੇ ਇਹ ਫੈਸਲਾ 4 ਮਈ ਤੋਂ ਲਾਗੂ ਹੋਵੇਗਾ ਅਗਲੀ ਖਬਰ ਹੈ ਸੁਪਰੀਮ ਕੋਰਟ ਦਾ ਕੇਂਦਰ ਨੂੰ ਆਦੇਸ਼ ਬਿਆਨਤ ਸਿੰਘ ਕਤਲ ਕੇਸ ਦੇ ਵਿੱਚ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਘਟਾਉਣ ਬਾਰੇ 2 ਮਹੀਨਿਆਂ ਚ ਕਰੇ ਫੈਸਲਾ ਆ ਦੋਸਤੋ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ 1995 ਵਿੱਚ ਕਤਲ ਕਰਨ ਦੇ ਮਾਮਲੇ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੀ ਲਗਭਗ 26 ਸਾਲਾਂ ਦੀ ਲੰਬੀ ਜੇਲ੍ਹ ਦੀ ਸਜ਼ਾ ਦੇ ਆਧਾਰ ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦੀ ਪਟੀਸ਼ਨ ਤੇ 2 ਮਹੀਨਿਆਂ ਦੇ ਅੰਦਰ ਅੰਦਰ ਫੈਸਲਾ ਕਰਨ ਦੇ ਲਈ ਕੇਂਦਰ ਨੂੰ ਨਿਰਦੇਸ਼ ਦਿੱਤੇ ਨੇ ਪੰਜਾਬ ਪੁਲਿਸ ਨੇ ਸਾਬਕਾ ਕਨਸਟੇਬਲ ਰਾਜਵਾਨਾ ਨੂੰ 31 ਅਗਸਤ 1995 ਨੂੰ ਪੰਜਾਬ ਸਿਵਲ ਸਖਤਰਿਤ ਦੇ ਬਾਹਰ ਇੱਕ ਧਮਾਕੇ ਵਿੱਚ ਸ਼ਾਮਲ ਹੋਣ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਵਿੱਚ ਮੁੱਖ ਮੰਤਰੀ ਬੈਂਤ ਸਿੰਘ ਅਤੇ 16 ਹੋਰਾਂ ਦੀ ਮੌਤ ਹੋ ਗਈ ਸੀ ਅਗਲੀ ਖਬਰ ਹੈ ਰਾਇਲ ਐਨਫੀਲਡ ਨੇ ਆਪਣੇ ਦੋ ਮੋਟਰਸਾਈਕਲਾਂ ਦੀਆਂ ਘਟਾਈਆਂ ਕੀਮਤਾਂ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪੂਰੀ ਦੁਨੀਆ ਦੇ ਵਿੱਚ ਸੈਮੀ ਕੰਡਕਟਰ ਚਿਪਸ ਦੀ ਚੱਲ ਰਹੀ ਕਮੀ ਦੇ ਕਰਕੇ ਇਸੋ ਸਮੱਸਿਆ ਤੋਂ ਕਈ ਆਟੋ ਕੰਪਨੀਆਂ ਪਰੇਸ਼ਾਨ ਨੇ ਰਾਇਲ ਅਨਫੀਲਡ ਜਿਸ ਨੂੰ ਭਾਰਤ ਵਿੱਚ ਮਾਣ ਦੀ ਸਵਾਰੀ ਮੰਨਿਆ ਜਾਂਦਾ ਹੈ ਤੇ ਵੀ ਸੈਮੀ ਕੰਡਕਟਰ ਚਿਪ ਦੀ ਕਮੀ ਦਾ ਅਸਰ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਿਏ ਕਿ ਰਾਇਲ ਅਨਫੀਲਡ ਨੇ ਆਪਣੇ ਦੋ ਪ੍ਰੋਡਕਟ ਹਿਮਾਲੀਅਨ ਏਡੀਵੀ ਅਤੇ ਮੈਟੋਰਸ 350 ਤੋਂ ਟ੍ਰਿਪਰ ਨੈਵੀਗੇਸ਼ਨ ਫੀਚਰ ਨੂੰ ਹਟਾ ਦਿੱਤਾ ਹੈ ਤੇ ਹੁਣ ਰਾਇਲ ਅਨਫੀਲਡ ਬਾਈਕ ਦੇ ਵਿੱਚ ਟ੍ਰਿਪਰ ਨੈਵੀਗੇਸ਼ਨ ਫੀਚਰ ਨੂੰ ਆਪਸ਼ਨ ਦੇ ਤੌਰ ਤੇ ਉਪਲਬਧ ਕਰਵਾਵੇਗੀ ਤੇ ਇਹ ਬਦਲਾਅ 1 ਮਈ ਤੋਂ ਲਾਗੂ ਹੋ ਗਏ ਨੇ ਟ੍ਰਿਪਰ ਨੈਵੀਗੇਸ਼ਨ ਫੀਚਰ ਨੂੰ ਹਟਾਉਣ ਤੋਂ ਬਾਅਦ ਰਾਇਲ ਅਨਫੀਲਡ ਨੇ ਆਪਣੀਆਂ ਦੋਮੇ ਬਾਈਕਸ ਤੇ 5000 ਰੁਪਏ ਦੀ ਕਟੌਤੀ ਵੀ ਕੀਤੀ ਹੈ ਇਹਨਾਂ ਦੋਮਾਂ ਬਾਈਕਸ ਦੇ ਵਿੱਚ ਟ੍ਰਿਪਰ ਨੈਵੀਗੇਸ਼ਨ ਫੀਚਰ ਸਟੈਂਡਰਡ ਕਿਟ ਦਾ ਹਿੱਸਾ ਹੁੰਦਾ ਸੀ ਰਾਇਲ ਅਨਫੀਲਡ ਨੇ ਇਸ ਫੀਚਰ ਨੂੰ ਕਲਾਸਿਕ 350 ਤੇ ਸਕ੍ਰੇਮ 411 ਤੇ অপশনাল এক্সেসরি ਦੇ ਵਜੋਂ ਆਫਰ ਕੀਤਾ ਸੀ ਕੰਪਨੀ ਨੇ ਹੁਣ ਬੁਕਿੰਗ ਦੀ ਰਕਮ 10000 ਤੋਂ ਵਧਾ ਕੇ 20000 ਕਰ ਦਿੱਤੀ ਹੈ ਅਗਲੀ ਖਬਰ ਹੈ ਰੂਸ ਨੇ ਕਿਹਾ ਕਿ ਜਿੰਨ ਤੱਕ ਯੂਕਰੇਨ ਤੇ ਕਾਰਵਾਈ ਨਹੀਂ ਰੁਕੇਗੀ 9 ਮਈ ਦੇ ਮੰਗਰੋਂ ਜੰਗ ਖਤਮ ਹੋਣ ਦੀਆਂ ਅਟਕਲਾਂ ਤੇਜ਼ ਤਾ ਦੋਸਤੋ ਰੂਸ ਯੂਕਰੇਨ ਜੁੱਧ ਦੇ ਵਿੱਚ ਅੱਜ 68 ਦਿਨ ਹੋ ਗਏ ਨੇ ਜੰਗ ਨੂੰ ਰੋਕਣ ਦੇ ਲਈ ਅਜੇ ਵੀ ਕਈ ਯਤਨ ਕੀਤੇ ਜਾ ਰਹੇ ਨੇ ਪਰ ਰੂਸ ਨੇ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਹੈ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਰੋਵ ਨੇ ਐਲਾਨ ਕੀਤਾ ਹੈ ਕਿ ਰੂਸ ਦੇ ਜਿੱਤ ਤੋਂ ਪਹਿਲਾਂ ਜੰਗ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਯਾਨੀ ਕਿ 9 ਮਈ ਤੱਕ ਹਰ ਹਾਲਤ ਵਿੱਚ ਜੰਗ ਜਾਰੀ ਰਹੇਗੀ ਹਾਲਾਂਕਿ ਇਹ ਗੱਲ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਿ 9 ਮਈ ਨੂੰ ਜੰਗ ਬੰਦੀ ਦਾ ਦਾ ਐਲਾਨ ਹੋਰ ਹੋ ਸਕਦਾ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਵੀ ਬਦਲਿਆ ਸਕੂਲਾਂ ਦਾ ਸਮਾਂ ਗਰਮੀ ਦੀਆਂ ਛੁੱਟੀਆਂ ਦਾ ਵੀ ਹੋਇਆ ਐਲਾਨ ਤਾਂ ਦੋਸਤੋ ਪੰਜਾਬ ਵਿੱਚ ਗਰਮੀ ਦੇ ਪ੍ਰਗੋਪਨ ਨੂੰ ਦੇਖਦੇ ਹੋਏ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਇਸ ਦੇ ਨਾਲ ਹੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਇਹ ਹੁਕਮ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਤੇ ਲਾਗੂ ਹੋਣਗੇ ਜਾਣਕਾਰੀ ਦੇ ਅਨੁਸਾਰ 2 ਮਈ 2022 ਤੋਂ 14 ਮਈ 2022 ਤੱਕ ਸਕੂਲਾਂ ਦੀ ਸਮਾਂ ਸਾਰਣੀ ਤਬਦੀਲ ਕੀਤੀ ਗਈ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 7 ਤੋਂ 11 ਵਜੇ ਤੱਕ ਲੱਗਣਗੇ ਮਿਡਲ ਹਾਈ ਸੀਨੀਅਰ ਸਕੈਂਡਰੀ ਸਕੂਲ ਸਵੇਰੇ 7 ਤੋਂ 12:30 ਵਜੇ ਤੱਕ ਲੱਗਣਗੇ ਇਸ ਤੋਂ ਇਲਾਵਾ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਕੀਤੀਆਂ ਗਈਆਂ ਨੇ ਪਰੰਤੂ ਇਹਨਾਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਇਹ ਸ਼ਰਤ ਵੀ ਲਾਜ਼ਮੀ ਕੀਤੀ ਹੈ ਕਿ ਸਾਰੇ ਸਕੂਲ 16 ਮਈ ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਗਾਉਣਗੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ 4000 ਤੋਂ ਵੱਧ ਅਸਾਮੀਆਂ ਤੇ ਭਰਤੀ ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਨੌਕਰੀ ਦਾ ਸੁਪਨਾ ਦੇਖਣ ਵਾਲੇ ਉਮੀਦਵਾਰਾਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਪੰਜਾਬ ਸਿੱਖਿਆ ਭਰਤੀ ਬੋਰਡ ਨੇ ਹਜ਼ਾਰਾਂ ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗ ਲਈਆਂ ਨੇ ਇਹ ਭਰਤੀ ਮਾਸਟਰ ਕਾਡਰ ਦੀਆਂ ਅਸਾਮੀਆਂ ਦੇ ਲਈ ਕੱਢੀ ਗਈ ਹੈ ਜੋ ਵੀ ਉਮੀਦਵਾਰ ਹੈ ਉਹ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ.com ਤੇ ਜਾ ਕੇ ਆਪਣੀ ਇਹ ਅਪਲਾਈ ਕਰ ਸਕਦਾ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜੇਕਰ ਤੁਸੀਂ ਮਾਸਟਰ ਕਾਡਰ ਦੀਆਂ ਅਸਾਮੀਆਂ ਦੇ ਲਈ ਭਰਤੀ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਦੇ ਕੋਲ ਮੰਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਫਿਰ ਸੰਸਥਾ ਤੋਂ ਬੈਚਲਰ ਡਿਗਰੀ ਜਾਂ ਫਿਰ ਬੀਐਡ ਦੀ ਡਿਗਰੀ ਹੋਣੀ ਚਾਹੀਦੀ ਹੈ ਉਮਰ ਦੀ ਸੀਮਾ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ 4361 ਪੋਸਟਾਂ ਕੱਡੀਆਂ ਨੇ ਜਰਨਲ categories ਦੇ ਲਈ 1000 ਰੁਪਏ ਇਸ ਦੀ ਅਪਲਾਈ ਕਰਨ ਦੀ ਫੀਸ ਹੋਵੇਗੀ ਤੇ ਰਾਖਮੀ categories ਦੇ ਲਈ 500 ਰੁਪਏ ਫੀਸ ਰੱਖੀ ਗਈ ਹੈ। ਅਗਲੀ ਖਬਰ ਹੈ ਅਕਸੇ ਤ੍ਰਿਤੀਆ ਤੋਂ ਪਹਿਲਾਂ ਸਸਤੇ ਹੋਏ ਸੋਨਾ ਚਾਂਦੀ 750 ਰੁਪਏ ਦੇ ਨੇੜੇ ਫਿਸਲਿਆ ਸੋਨਾ। ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਜੇਕਰ ਤੁਸੀਂ ਵੀ ਸੋਨੇ ਦੇ ਗਹਿਣੇ ਜਾਂ ਸੋਨਾ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਸਮੇਂ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ। ਤੁਹਾਨੂੰ ਦੱਸਦੀ ਹੈ ਕਿ ਸੋਨਾ 745 ਰੁਪਏ ਦੀ ਗ੍ਰਾਫਟ ਦੇ ਨਾਲ 50936 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਹੈ ਇਸ ਦੇ ਨਾਲ ਹੀ ਇਹ ਪਿਛਲੇ ਸੈਸ਼ਨ ਦੇ ਵਿੱਚ 51681 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਇਸੇ ਤਰ੍ਹਾਂ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ 1228 ਰੁਪਏ ਪ੍ਰਤੀ ਕਿਲੋ ਦੀ ਗ੍ਰਾਫਟ ਦਰਜ ਕੀਤੀ ਗਈ ਹੈ ਅੱਜ ਚਾਂਦੀ 63028 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਹੈ ਅਗਲੀ ਖਬਰ ਹੈ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਬਿਜਲੀ ਮੰਤਰੀ ਤਾਂ ਦੋਸਤੋ ਪੰਜਾਬ ਸੂਬੇ ਅੰਦਰ ਪਿਛਲੇ ਦਿਨਾਂ ਤੋਂ ਬਿਜਲੀ ਸਪਲਾਈ ਦੀ ਮੰਗ ਵਧਨ ਦੀ ਦਿੱਕਤ ਆ ਰਹੀ ਹੈ ਦੂਰ ਕਰਨ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਬਿਜਲੀ ਮੰਤਰੀ ਹਰਪਾਜਨ ਸਿੰਘ ਵੱਲੋਂ ਨਾਬਾ ਪਾਵਰ ਪਲਾਂਟ ਨਲਾਸ ਵਿਖੇ ਆਪਣੀ ਟੀਮ ਹਲਕਾ ਰਾਜਪੁਰਾ ਵਿਧਾਇਕ ਨੀਲਾ ਮਿੱਤਲ ਅਤੇ ਆਪ ਦੇ ਆਗੂ ਗੁਰਪ੍ਰੀਤ ਸਿੰਘ ਢਮੋਲੀ ਸਮੇਤ ਹੋਰਨਾਂ ਦੇ ਨਾਲ ਦੌਰਾ ਕੀਤਾ ਉਹਨਾਂ ਨੇ ਧਰਮਲ ਪਲਾਂਟ ਦੇ ਵਿੱਚ ਕਿਹਾ ਕਿ ਕਿਸਾਨਾਂ ਨੂੰ 20 ਮਈ ਤੋਂ ਭਵੰਤਮਾਨ ਦੇ ਵੱਲੋਂ ਸਿੱਧੀ ਬਿਜਾਈ ਦੇ ਲਈ ਸੁਝਾਅ ਦਿੱਤੇ ਗਏ ਨੇ ਤੇ ਜਿਹੜੇ ਕਿਸਾਨ 20 ਮਈ ਤੋਂ ਸੁੱਕੀ ਬਜਾਈ ਲਈ ਝੋਨੇ ਦੀ ਬਜਾਈ ਕਰਨਗੇ ਉਹਨਾਂ ਨੂੰ 4 ਤੋਂ 8 ਘੰਟੇ ਬਿਜਲੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਜੋ ਕੱਦੂ ਕਰਕੇ ਕਿਸਾਨ ਝੋਨਾ ਲਾਉਂਦੇ ਨੇ ਉਹਨਾਂ ਨੂੰ 7 ਤੋਂ 8 ਘੰਟੇ ਬਿਜਲੀ ਦਿੱਤੀ ਜਾਇਆ ਕਰੇਗੀ ਤੇ ਜਿਹੜੇ ਕਿਸਾਨ ਹੁਣ 20 ਮਈ ਤੋਂ ਝੋਨੇ ਦੀ ਸਿੱਧੀ ਬਜਾਈ ਕਰਨਗੇ ਉਹਨਾਂ ਨੂੰ ਵੀ ਘੱਟ ਤੋਂ ਘੱਟ 4 ਅਤੇ ਵੱਧ ਤੋਂ ਵੱਧ 8 ਘੰਟਿਆਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਝੋਨੇ ਦੇ ਵਿੱਚ ਦਿੱਕਤ ਆਉਣ ਨਹੀਂ ਦਿੱਤੀ ਜਾਵੇਗੀ ਅਗਲੀ ਖਬਰ ਹੈ ਪੰਚਾਇਤ ਵਿਭਾਗ ਨੇ 14 ਏਕੜ ਜ਼ਮੀਨ ਦਾ ਸੜਾਇਆ ਕਬਜ਼ਾ ਪੂਰੇ ਦਿਨ ਪੁਲਸ ਸੌਣੀ ਦੇ ਵਿੱਚ ਬਦਲਿਆ ਰਿਹਾ ਹੁਲਕਾ ਤਾ ਦੋਸਤੋ ਪੰਚਾਇਤ ਵਿਭਾਗ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੇ ਲਈ ਵਿੱਡੀ ਮੁਹਿੰਮ ਪਿੰਡ ਹੁਲਕਾ ਦੀ 14 ਏਕੜ ਜ਼ਮੀਨ ਦਾ ਨਜਾਇਜ਼ ਕਬਜ਼ਾ ਛਡਾਇਆ। ਪਿਛਲੇ 7 ਦਿਹਾੜਿਆਂ ਤੋਂ ਉਕਤ ਪੰਚਾਇਤੀ ਜ਼ਮੀਨ ਉੱਤੇ ਕਾਸਤ ਕਰਦੇ ਆ ਰਹੇ 16 ਕਿਸਾਨ ਪਰਿਵਾਰਾਂ ਨੇ ਪੰਚਾਇਤ ਵਿਭਾਗ ਉੱਤੇ ਧੱਕੇ ਸਾਜ਼ਿ ਦਾ ਦੋਸ਼ ਵੀ ਲਗਾਇਆ ਹੈ। ਇਸ ਮੌਕੇ ਤੇ ਕੁਝ ਜ਼ਮੀਨ ਮਾਲਕਾਂ ਨੇ ਵਿਰੋਧ ਵੀ ਕੀਤਾ। ਪੁਲਿਸ ਨੇ ਵਿਰੋਧ ਕਰ ਰਹੇ ਇੱਕ ਨੌਜਵਾਨ ਕਿਸਾਨ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲੈ ਲਿਆ। ਪਰ ਇਸ ਦੇ ਬਾਵਜੂਦ ਪੰਚਾਇਤ ਵਿਭਾਗ ਕਬਜ਼ਾ ਛਡਾਉਣ ਦੇ ਵਿੱਚ ਸਫਲ ਹੋ ਗਿਆ ਹੈ ਅਗਲੀ ਖਬਰ ਹੈ ਪਟਿਆਲਾ ਹਿੰਸੇ ਦੇ ਵਿੱਚ ਪਰਵਾਨੇ ਦੀਆਂ ਵਧੀਆਂ ਮੁਸ਼ਕਲਾਂ ਅਦਾਲਤ ਨੇ ਸੁਣਾਇਆ ਇਹ ਵੱਡਾ ਫੈਸਲਾ ਤਾਂ ਦੋਸਤੋ ਪਟਿਆਲਾ ਦੇ ਵਿੱਚ ਹੋਈ ਹਿੰਸਕ ਚੜ੍ਹਪ ਦੇ ਮੁੱਖ ਮਲਜ਼ਮ ਬਰਜਿੰਦਰ ਪਰਵਾਨਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਪੁਲਿਸ ਨੇ ਪਰਵਾਨਾ ਤੇ ਸਿਕੰਜਾ ਕੱਸ ਦਿੱਤਾ ਗ੍ਰਿਫਤਾਰੀ ਤੋਂ ਬਾਅਦ ਪਰਵਾਨੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਅਗਲੀ ਖਬਰ ਹੈ ਗਰਮੀ ਨੇ ਤੋੜਿਆ 122 ਸਾਲਾਂ ਦਾ ਰਿਕਾਰਡ ਲੰਬੇ ਪਾਵਰ ਕੱਟ ਦੇ ਵਿੱਚ ਇਨਵਰਟਰ ਵੀ ਦੇ ਗਏ ਜਵਾਬ। ਤਾਂ ਦੋਸਤੋ 122 ਸਾਲਾਂ ਦਾ ਰਿਕਾਰਡ ਤੋੜਦੇ ਹੋਏ ਭਿਆਨਕ ਗਰਮੀ ਨੇ April ਦੇ ਵਿੱਚ ਹੀ ਕੈਰ ਮਚਾ ਦਿੱਤਾ ਜਿਸ ਨਾਲ ਲੋਕ ਹਾਲੋ ਵਿਹਾਲ ਹੋ ਗਏ ਨੇ ਤੁਹਾਨੂੰ ਦੱਸਿਏ ਕਿ 122 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਘਰਾਂਾਂ ਜਾਂ ਆਮ ਆਫਿਸਾਂ ਦੇ ਵਿੱਚ ਇਨਵਰਟਰ ਵੀ ਜਵਾਬ ਦੇ ਗਏ ਨੇ ਤੁਹਾਨੂੰ ਦੱਸਿਏ ਕਿ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ 7 ਘੰਟੇ ਤੇ ਇਸ ਤੋਂ ਵੱਧ ਸਮੇਂ ਤੱਕ ਬਿਜਲੀ ਦੇ ਕੱਟ ਲੱਗਣ ਦੇ ਕਾਰਨ ਪੰਜਾਬ ਦੇ ਵਿੱਚ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਮਾਨ ਸਰਕਾਰ ਅੱਜ ਲੈ ਸਕਦੀ ਹੈ ਫੈਸਲਾ ਤਾ ਦੋਸਤੋ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ ਸਿਵਲ ਸਖਤਰਿਤ ਦੇ ਵਿੱਚ ਹੋਣ ਜਾ ਰਹੀ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ ਇਸ ਮੀਟਿੰਗ ਦੇ ਦੌਰਾਨ ਭਗਵੰਤ ਮਾਨ ਸਰਕਾਰ ਦੇ ਵੱਲੋਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਫੈਸਲਾ ਵੀ ਕੀਤਾ ਜਾ ਸਕਦਾ ਹੈ ਇਹ ਵੀ ਚਰਚਾ ਜ਼ੋਰਾਂ ਤੇ ਹੈ ਕਿ ਇਸ ਵਿੱਚ ਮੁੱਖ ਮੰਤਰੀ ਸਾਥੀਆਂ ਨਾਲ ਵਿਧਾਇਕਾਂ ਦੀ ਕਮਾਈ ਤੇ ਲੱਗਣ ਵਾਲੇ ਟੈਕਸ ਸੰਬੰਧੀ ਵੀ ਸਲਾਹ-ਮਸ਼ਵਰਾ ਹੋ ਸਕਦਾ ਹੈ ਅਗਲੀ ਖਬਰ ਹੈ ਕੋਵਿਡ ਦੇ ਟੀਕੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਸੁਪਰੀਮ ਕੋਰਟ ਤਾਂ ਦੋਸਤੋ ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਗਲੀ ਖਬਰ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਣਕ ਦੀ ਖਰੀਦ 44% ਘਟੀ ਤਾਂ ਦੋਸਤੋ ਹਾੜੀ ਸੀਜ਼ਨ ਵਿੱਚ ਵੱਡੇ ਪੱਧਰ ਤੇ ਬਰਾਮਦ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਘਟਣ ਦੇ ਕਾਰਨ ਕੇਂਦਰ ਸਰਕਾਰ ਦੇ ਵੱਲੋਂ 1 ਮਈ ਤੱਕ ਕਣਕ ਦੀ ਖਰੀਦ 44% ਤੱਕ ਘਟ ਕੇ 162 ਲੱਖ ਟਨ ਹੀ ਰਹਿ ਗਈ ਹੈ। ਅਗਲੀ ਖਬਰ ਹੈ WhatsApp ਨੇ ਮਾਰਚ ਵਿੱਚ 18 ਲੱਖ ਭਾਰਤੀ ਖਾਤਿਆਂ ਤੇ ਪਾਬੰਦੀ ਲਾਈ ਤਾਂ ਦੋਸਤੋ WhatsApp ਨੇ ਮਾਰਚ ਵਿੱਚ 18 ਲੱਖ 5000 ਭਾਰਤੀ ਖਾਤਿਆਂ ਤੇ ਪਾਬੰਦੀ ਲਾ ਦਿੱਤੀ ਹੈ ਇਹ ਕਦਮ ਉਪਭੋਗਤਾਵਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੇ ਇਸ ਮੰਚ ਦੀ ਸੇਵਾ ਸ਼ਰਤਾਂ ਦੀ ਉਲੰਘਣਾ ਰੋਕਣ ਦੇ ਲਈ ਚੁੱਕਿਆ ਗਿਆ ਹੈ ਅਗਲੀ ਖਬਰ ਹੈ ਦੇਸ਼ ਦੇ ਵਿੱਚ 24 ਘੰਟਿਆਂ ਦੇ ਅੰਦਰ ਕਰੋਨਾ ਦੇ 3157 ਨਵੇਂ ਕੇਸ ਅਤੇ 26 ਜਣਿਆਂ ਦੀ ਮੌਤ ਤਾਂ ਦੋਸਤੋ ਭਾਰਤ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਫਿਰ ਤੋਂ ਵਧਣ ਲੱਗੇ ਨੇ ਇੱਥੇ ਹੀ ਕਰੋਨਾ ਦੇ 3157 ਨਵੇਂ ਕੇਸ ਸਾਹਮਣੇ ਆਏ ਨੇ ਤੇ ਪਿਛਲੇ 24 ਘੰਟਿਆਂ ਵਿੱਚ 26 ਜਾਨਾਂ ਦੀ ਮੌਤ ਵੀ ਹੋਈ ਹੈ। ਅਗਲੀ ਖਬਰ ਹੈ। ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਤਾਂ ਦੋਸਤੋ ਟ੍ਰੇਡ ਜੁਨੀਅਨਾਂ ਦੇ ਸੱਦੇ ਤੇ ਬੀਤੀ 28 ਤੇ 29 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦੇ ਦੌਰਾਨ ਰੋਡਵੇਜ ਮੁਲਾਜ਼ਮਾਂ ਤੇ ਇੱਕ ਕਿਸਾਨ ਆਗੂ ਤੇ ਦਰਜ ਕੀਤੇ ਗਏ ਪਰਚੇ ਰੱਦ ਕਰਵਾਉਣ ਦੇ ਲਈ ਮੰਗ ਨੂੰ ਲੈ ਕੇ ਰੋਡਵੇਜ ਕਰਮਚਾਰੀਆਂ ਸੰਟਾ ਮੋਰਚਾ ਦੇ ਬੈਨਰ ਹੇਠ ਰੋਡਵੇਜ ਮੁਲਾਜ਼ਮਾਂ ਵੱਲੋਂ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ ਹੈ ਅਗਲੀ ਖਬਰ ਹੈ ਬਰਗਾੜੀ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਵੱਡੀ ਰਾਹਤ ਤਿੰਨੇ ਐਫ ਆਈ ਆਰ ਦੇ ਵਿੱਚ ਮਿਲੀ ਜ਼ਮਾਨਤ ਤਾਂ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਡੇਰਾ ਮੁਖੀ ਗਰਮੀਤ ਰਹਾ ਰਾਮ ਰਹੀਮ ਨੂੰ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਨਾ ਸਿਰਫ ਰਾਮ ਰਹੀਮ ਦੇ ਖਿਲਾਫ ਕਾਰ ਮਾਮਲੇ ਵਿੱਚ ਦਰਜ ਤਿੰਨ ਐਫਆਈਆਰ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਸਗੋਂ ਪ੍ਰੋਡਕਟ ਪ੍ਰੋਡਕਸ਼ਨ ਬਰੰਟ ਤੇ ਪੰਜਾਬ ਲਿਆਉਣ ਤੇ ਰੋਕ ਵੀ ਲਗਾ ਦਿੱਤੀ ਗਈ ਹੈ ਆਰਾਮ ਰਹੀਮ ਦੇ ਵਕੀਲ ਵਿਨੋਦ ਕਈ ਅਤੇ ਕਨਕਾ ਉਹਜਾ ਨੇ ਦੱਸਿਆ ਕਿ ਹਾਈ ਕੋਰਟ ਵੱਲੋਂ ਵੱਡੀ ਰਾਤ ਦਿੱਤੀ ਗਈ ਹੈ ਵਰਗਾੜੀ ਮਾਮਲੇ ਦੇ ਵਿੱਚ ਤਿੰਨ ਐਫਆਈਆਰ ਦਰਜ ਅਰ ਵਿੱਚ ਆਰਾਮ ਰਹੀਮ ਨੂੰ ਜ਼ਮਾਨਤ ਮਿਲ ਗਈ ਹੈ ਹੁਣ ਬੇਅਦਬੀ ਦੇ ਇਨ੍ਹਾਂ ਮਾਮਲਿਆਂ ਵਿੱਚ ਪੰਜਾਬ ਸਰਕਾਰ ਆਰਾਮ ਰਹੀਮ ਨੂੰ ਪ੍ਰੋਡਕਸ਼ਨ ਬਰੰਟ ਤੇ ਪੰਜਾਬ ਨਹੀਂ ਲਿਆ ਸਕੇਗੀ ਜੇਕਰ ਰਾਮ ਰਹੀਮ ਵੱਲੋਂ ਕਿਸੇ ਵੀ ਦਸਤਾਵੇਜ਼ ਤੇ ਦਸਤਖਤ ਕਰਵਾਉਣੇ ਹਨ ਤਾਂ ਉਹ ਵੀ ਪਹਿਲਾਂ ਰੋਤਕ ਸਨਾਰੀਆ ਜੇਲ੍ਹ ਜਾਵੇਗਾ ਤੇ ਫਿਰ ਵੀ ਸੀ ਰਾਹੀਂ ਹੀ ਭੇਜਿਆ ਜਾਵੇਗਾ ਅਗਲੀ ਖਬਰ ਹੈ ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ ਪੰਜਾਬ ਹਰਿਆਣਾ ਦੇ ਸਣੇ ਉੱਤਰੀ ਭਾਰਤ ਵਿੱਚ ਵਾਰਸ ਦੀ ਭਵਿੱਖਬਾਣੀ ਤਾਂ ਦੋਸਤੋ ਅਗਲੇ ਕੁਝ ਦਿਨਾਂ ਵਿੱਚ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕੀ ਦਿੱਲੀ ਪੰਜਾਬ ਹਰਿਆਣਾ ਤੇ ਯੂਪੀ ਦੇ ਸਮੇਤ ਜ਼ਿਆਦਾਤਰ ਹਿੱਸਿਆਂ ਵਿੱਚ ਪਿਛਲੇ 2-3 ਹਫ਼ਤਿਆਂ ਤੋਂ ਚੱਲ ਰਹੀ ਲੂ ਹੁਣ ਖਤਮ ਹੋਣ ਵਾਲੀ ਹੈ 6 ਤੋਂ 7 ਦਿਨਾਂ ਦੇ ਵਿੱਚ ਤਾਪਮਾਨ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਤੁਹਾਨੂੰ ਦੱਸਿਏ ਕਿ 3 ਮਈ ਤੋਂ ਮੀਂਹ ਪੈਣ ਦੀ ਸੰਭਾਵਨਾ ਕੀ ਜਾਨੀ ਕਿ ਪੰਜਾਬ ਦਿੱਲੀ ਹਰਿਆਣਾ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਗਲੇ 3 ਦਿਨਾਂ ਦੌਰਾਨ ਉੱਤਰੀ, ਪੱਛਮੀ ਅਤੇ ਪੂਰਵੀ ਭਾਰਤ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਕਮੀ ਆਉਣ ਦੀ ਸੰਭਾਵਨਾ ਵੀ ਦੱਸੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਹਵਾ ਦੀ ਰਫਤਾਰ ਹੈ ਜੋ 40 ਤੋਂ 50 ਕਿਲੋਮੀਟਰ ਯਾਨੀ ਕਿ ਤੇਜ਼ ਹਵਾਵਾਂ ਤੇਜ਼ ਹਨੇਰੀ ਚੱਲਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਤੇ 5 ਮਈ ਨੂੰ ਹਲਕੀ ਬਾਰਿਸ਼ ਹੋਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਧੰਨਵਾਦ ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਜੋਤੀ ਸਮਰਾਟ ਪੰਡਤ ਤੁਲਸੀਦਾਸ ਜੀ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇ ਇਸ ਜਮਿਨੀ ਝਗੜਾ ਇਮੀਗ੍ਰੇਸ਼ਨ ਮਸਲੇ ਕਰਜ਼ਾ ਮੁਕਤੀ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਪਾਓ ਪਿਆਰ ਝ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 9814756620